ਤੁਹਾਨੂੰ ਸਵਾਗਤ ਕਰਦੇ ਆ ਤੁਹਾਡੇ ਸਾਡੇ YouTube ਚੈਨਲ ਦੇ ਵਿੱਚ ਅੱਜ ਵਾਲੀ ਵੀਡੀਓ ਵਿੱਚ ਜਿਹੜੇ ਤੁਹਾਨੂੰ ਪਤਾ ਹੀ ਸਿੱਧੂ ਮੂਸੇ ਵਾਲਾ ਦੀ ਡੈਥ ਹੋ ਚੁੱਕੀ ਸੀ ਤੇ ਕੱਲ ਉਹਨਾਂ ਦੇ ਉਹਨਾਂ ਦੇ ਜਿਹੜੇ ਸ਼ੂਟਰਾਂ ਦਾ ਇਨਕਾਊਂਟਰ ਵੀ ਕੀਤਾ ਗਿਆ ਜਿਹਦੇ ਵਿੱਚ ਪਰ ਹੁਣ ਜਿਹੜੇ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਨੇ ਉਹ ਆਪਣੀ ਹਵੇਲੀ ਨੂੰ ਛੱਡ ਕੇ ਕਿਤੇ ਦੂਰ ਚਲੇ ਗਏ ਨੇ ਕਿਉਂ ਚਲੇ ਗਏ ਤੁਹਾਨੂੰ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਉਹਨਾਂ ਨੇ ਕਿੱਥੇ ਇਹ ਜਿਹੜੀ ਜਾਣਕਾਰੀ ਸ਼ੇਅਰ ਕੀਤੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਆ ਅਗਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਦਾਂ ਦੀਆਂ ਹ ਤੁਸੀਂ ਦੇਖਿਆ ਦੋੜਾ ਸਿੱਧੂ ਮੂਸੇਵਾਲਾ YouTube ਅਕਾਊਂਟ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕਿ ਕੱਲ ਸਵੇਰ ਤੋਂ ਬਾਈ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪਿੰਡ ਮੂਸਾ ਨਹੀਂ ਹਨ ਮਿਲਣ ਆਉਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਕੋਈ ਜੋ ਮਹੀਨਾ ਤੱਕ ਉਹਨਾਂ ਦੇ ਜਿਹੜੇ ਪਿੰਡ ਵਾਪਸ ਆਉਣ ਦੀ ਤਰੀਕ ਦੀ ਜਾਣਕਾਰੀ ਉਡੀਕ ਕਰਨ ਅਸੀਂ ਪੋਸਟ ਕਰਕੇ ਦੱਸ ਦੇਵਾਂਗੇ ਹੁਣ ਜਿਹੜੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਉਹ ਜਿਹੜੀ ਉਹਨਾਂ ਦੀ ਹਵੇਲੀ ਨੂੰ ਛੱਡ ਕੇ ਤੇ ਦੂਰ ਚਲੇ ਗਏ ਨੇ ਕੁਝ ਮਹੀਨਾ ਵਾਸਤੇ ਘਰ ਤੋਂ ਦੂਰ ਚਲੇ ਗਏ ਨੇ ਉਹਨਾਂ ਦੀ ਇਹ ਵੀ ਸੋਚ ਹੋ ਸਕਦੀ ਹੈ ਕਿ ਉਹ ਜਿਹੜ ਦੇ ਵਿੱਚੋਂ ਨਿਕਲਣਾ ਚਾਹੁੰਦੇ ਨੇ ਕਿਉਂਕਿ ਜਿਹੜਾ ਸਿੱਧੂ ਮੂਸੇ ਵਾਲਾ ਦੇ ਪਿੰਡ ਦੇ ਵਿੱਚ ਉਹਨਾਂ ਦੇ ਇੱਕ ਫੈਨਸ ਦੇ ਵੱਲੋਂ ਉਹਨਾਂ ਦਾ ਬਹੁਤ ਤਿਆਰ ਕੀਤਾ ਗਿਆ ਲੋਕ ਉਹਨਾਂ ਨੂੰ ਮਿਲਣ ਆਉਂਦੇ ਤੇ ਉਹਨਾਂ ਦਾ ਬਾਰ-ਬਾਰ ਮਨ ਖਰਾਬ ਹੁੰਦਾ ਤੇ ਬਾਰ-ਬਾਰ ਉਹਨਾਂ ਦੇ ਸਾਹਮਣੇ ਉਹੀ ਗੱਲਾਂ ਜਾਦ ਆਉਂਦੀਆਂ ਨੇ ਤੇ ਇਸ ਗੱਲਾਂ ਨੂੰ ਹੋ ਸਕਦਾ ਹੈ ਕਿ ਇਸ ਗੱਲਾਂ ਨੂੰ ਉਹ ਮਨ ਦੇ ਵਿੱਚੋਂ ਕੱਢਣ ਵਾਸਤੇ ਥੋੜਾ ਜਿਆ ਆਪਦੀ ਜਿਹੜੀ ਜ਼ਿੰਦਗੀ ਨੂੰ ਅੱਗੇ ਜਾਣ ਵਾਸਤੇ ਇਹਨਾਂ ਗੱਲਾਂ ਤੋਂ ਦੂਰ ਜਾ ਰਹੇ ਨੇ ਤੇ ਉਹ ਕੁਝ ਮਹੀਨਾ ਬਾਅਦ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਹਵੇਲੀ ਛੱਡ ਕੇ ਚਲੇ ਗਏ ਨੇ ਕਿੱਥੇ ਚਲੇ ਗਏ ਨੇ ਪਰ ਇਹਦੇ ਬਾਰੇ ਕਿਸੇ ਨੇ ਹਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਹਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਹ ਹਵੇਲੀ ਵਿੱਚ ਵਾਪਸ ਹੋਣਗੇ ਫਿਰ ਜਿਹੜੇ ਉਹਨਾਂ ਦੇ ਫੈਨਸ ਹੋਣਗੇ ਉਹ ਉਹਨਾਂ ਨੂੰ ਮਿਲਣ ਆ ਸਕਦੇ ਨੇ ਬਾਕੀ ਤੁਹਾਨੂੰ ਇਹ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਇਹ ਫੈਸਲਾ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚ ਆਪਣੇ ਜਾ ਜ਼ਰੂਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ